ਇਹ ਪ੍ਰੋਗਰਾਮ ਪ੍ਰਾਈਮੇਸ਼ਾ ਟੀਵੀ ਦੀ ਪ੍ਰਾਪਰਟੀ ਹੈ ਇਸ ਦੇ ਕੰਟੈਂਟ ਨੂੰ ਆਡੀਓ ਜਾਂ ਫਿਰ ਵੀਡੀਓ ਰੂਪ ਵਿੱਚ ਚੋਰੀ ਕਰਕੇ YouTube, Facebook ਜਾਂ ਹੋਰ ਕਿਸੇ ਮਾਧਿਅਮ ਰਾਹੀਂ ਵਰਤਨਾ ਕਾਪੀਰਾਈਟ ਕਾਨੂੰਨ ਦੀ ਉਲੰਘਣਾ ਹੈ ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਤਿ ਸ਼੍ਰੀ ਅਕਾਲ ਪ੍ਰਾਈਮ ਅਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਤਾ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਜਤਿੰਦਰ ਪੰਨੂ ਜੀတို့ ਬਤ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਮਨਪ੍ਰੀਤਿੰਦਰ ਸ਼ਰਮਾ ਜਤਿੰਦਰ ਪੰਨੂ ਜੀ ਦਾ ਸਵਾਗਤ ਕਰਦੇ ਹਾਂ ਇਸ ਸ਼ੋਅ ਦੇ ਵਿੱਚ ਸਤਿ ਸ਼੍ਰੀ ਅਕਾਲ ਸਰ ਜੀ ਨਰਿੰਦਰ ਮੋਦੀ ਦਾ ਅਮਰੀਕਾ ਦੇ ਰਾਸ਼ਟਰਪਤੀ ਨੇ ਨਿੱਘਾ ਸਵਾਗਤ ਕੀਤਾ ਸੋ ਇਸ ਫੇਰੀ ਦੇ ਦੌਰਾਨ ਅਤਵਾਦੀ ਸਲਾਹੂਦੀਨ ਤੇ ਰੋਕ ਵੀ ਲਗਾਈ ਗਈ ਹੈ ਸੋ ਇਸ ਪੂਰੀ ਫੇਰੀ ਨੂੰ ਜਿਹੜੀ ਨਰਿੰਦਰ ਮੋਦੀ ਦੀ ਯਾਤਰਾ ਹੈ ਉਸ ਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਦੇਖੋ ਮਨਪ੍ਰੀਤ ਜੀ ਪਹਿਲਾਂ ਇਹ ਵਿਸਵਸੇ ਸਨ ਕਿ ਨਰਿੰਦਰ ਮੋਦੀ ਸਾਹਿਬ ਜਾ ਰਿਹਾ ਹੈ ਗੋ ਡੋਨਲਡ ਟਰੰਪ ਹੋਈ ਆਪਣੀ ਕਿਸਮ ਦੇ ਡੋਨਲਡ ਟਰੰਪ ਦਾ ਪੁਰਾਣੇ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਉਹ ਤਾਂ ਵੀ ਬਹੁਤਾ ਮੋਹ ਨਹੀਂ ਇੱਕ ਦੂਸਰੇ ਤੋਂ ਉਲਟ ਚੱਲਣ ਵਾਲੇ ਜਿੰਨੇ ਕੰਮ ਬਰਾਕ ਓਬਾਮਾ ਨੇ ਕੀਤੇ ਸੀ ਨੇ ਕੱਟ ਦਿੱਤੇ ਬਰਾਕ ਓਬਾਮਾ ਦਾ ਜਿਹੜਾ ਓਬਾਮਾ ਕੇਅਰ ਸੀ ਮੈਡੀਕਲ ਬਿੱਲ ਉਹਦੇ ਤੋਂ ਲੈ ਕੇ এনਵਾਇਰਨਮੈਂਟ ਸਮਝੌਤੇ ਤੱਕ ਹਰ ਗੱਲ ਤੇ ਉਹ ਟੋਲਟ ਚੱਲਿਆ ਜੀ ਉਹ ਨਰਿੰਦਰ ਮੋਦੀ ਸਾਹਿਬ ਨੇ ਉੱਥੇ ਜਾਣਾ ਸੀ ਬਹੁਤ ਲੋਕ ਇਹ ਸਮਝਦੇ ਸੀ ਕਿ ਮੋਦੀ ਤੇ ਬਰਾਕ ਓਬਾਮਾ ਦੀ ਜਿੰਨੀ ਨੇੜਤਾ ਸੀ ਉਹ ਕਿਤੇ ਨਾ ਕਿਤੇ ਡੋਨਲਡ ਟਰੰਪ ਦੇ ਮਨ 'ਚ ਕਿਡ ਰਹਿਣੀ ਆ ਕਿ ਇਹਨਾਂ ਦੀ ਸਾਂਝ ਬੜੀ ਸੀ ਉਹ ਕਿਡ ਜਿਹੜੀ ਇੱਕ ਦਿਨ ਖਰਾਬ ਕਰ ਸਕਦੀ ਆ ਡੋਨਲਡ ਟਰੰਪ ਨੇ ਪਹਿਲਾਂ ਕਹਿਤਾ ਦਿਨਦਰ ਮੋਦੀ ਮੇਰਾ ਸੱਚਾ ਦੋਸਤ ਆ ਤੇ ਸਾਰੇ ਹੱਸਦੇ ਸੀ ਮਿਲੇ ਤੇ ਅਜ ਤੱਕ ਹੈ ਨਹੀਂ ਕਿਤੇ ਦੇ ਦੋਸਤ ਕਿੱਦਾਂ ਬਣ ਗਏ ਪਰ ਜਦੋਂ ਮਿਲੇ ਆ ਮਿਲਦਿਆ ਸਾਰੇ ਉਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਿਹੜੀਆਂ ਨਰਿੰਦਰ ਮੋਦੀ ਨੂੰ ਖੁਸ਼ ਕਰਨ ਵਾਲੀਆਂ ਗੱਲਾਂ ਇਹ ਨਹੀਂ ਕਿ ਦੋਆ ਮੀਆਂ ਬੀਵੀ ਨੇ ਬਾਹਰ ਜਾ ਕੇ ਸਵਾਗਤ ਕੀਤਾ ਤੇ ਬੜਾ ਸ਼ਾਹੀ ਸਵਾਗਤ ਕੀਤਾ ਇਹ ਕੋਈ ਗੱਲ ਨਹੀਂ ਸਭ ਤੋਂ ਵੱਡੀ ਗੱਲ ਇਹ ਕਿ ਨਰਿੰਦਰ ਮੋਦੀ ਨਾਲ ਬੈਠਣ ਤੋਂ ਪਹਿਲਾਂ ਇੱਕ ਇਹੋ ਜਿਹਾ ਫੈਸਲਾ ਕਰਤਾ ਜਿਹਦੇ ਨਾਲ ਨਰਿੰਦਰ ਮੋਦੀ ਇਕੱਲਾ ਨਹੀਂ ਹਿੰਦੁਸਤਾਨ ਦੇ 130 ਕਰੋੜ ਲੋਕ ਸਾਰੇ ਖੁਸ਼ ਨੇ ਜੀ ਉਹਨਾਂ ਨੇ ਪਾਕਿਸਤਾਨ 'ਚ ਬੈਠੇ ਬਹੁਤ ਵੱਡੇ ਅਤਵਾਦੀ ਸਲਾਹੋਦੀਨ ਦੇ ਉੱਤੇ ਇੱਕ ਠੱਪਾ ਲਾਤਾ ਕਿ ਅੰਤਰਰਾਸ਼ਟਰੀ ਅਤਵਾਦੀ ਹੈ ਜਿਹੜਾ ਹੁਣ ਤੱਕ ਅਮਰੀਕਾ ਦੀ ਸਰਕਾਰ ਨੂੰ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਨੂੰ ਸਾਰੀਆਂ ਏਜੰਸੀਆਂ ਨੂੰ ਪਤਾ ਸੀ ਡਾਕਟਰ ਮਰਮੋਣ ਸਿੰਘ ਤੇ ਜਾਰਜ ਪੁਸ਼ ਦੀ ਸਹਿਮਤੀ ਦੇ ਬਾਵਜੂਦ ਨੇੜਤਾ ਦੇ ਬਾਵਜੂਦ ਨਰਿੰਦਰ ਮੋਦੀ ਤੇ ਬਰਾਕ ਓਬਾਮਾ ਦੇ ਨੇੜਤਾ ਦੇ ਬਾਵਜੂਦ ਇਹ ਫੈਸਲਾ ਕਦੇ ਨਹੀਂ ਸੀ ਅਮਰੀਕਾ ਨੇ ਕੀਤਾ ਉਹ ਨਰਿੰਦਰ ਮੋਦੀ ਗਿਆ ਤੇ ਡੋਨਲਡ ਟਰੰਪ ਨੇ ਇਹਦੇ ਨਾਲ ਮਿਲਣ ਤੋਂ ਵੀ ਪਹਿਲਾਂ ਉਹ ਕੰਮ ਕਰ ਦਿੱਤਾ ਜਿਹੜਾ ਇਹਨੇ ਜਾ ਕੇ ਆਖਣਾ ਸੀ ਕਰੋ ਉਹਨੇ ਕਿਹਾ ਤਾਂ ਕਿ ਸਲਾਹਉਦੀਨ ਅਤਵੱਦੀ ਹੈ ਉਹਦੀ ਇੰਨੀ ਗੱਲ ਦੇ ਨਾਲ ਮੇਰਾ ਖਿਆਲ ਹੈ ਕਿ ਰਾਦਾ ਪਾਕਿਸਤਾਨ ਦੀ ਸਰਕਾਰ ਚਲਾਉਣ ਵਾਲਿਆਂ ਨੂੰ ਸਿਆਸੀ ਲੀਡਰਾਂ ਨੂੰ ਵੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਸਮੇਤ ਤੇ ਉਹਨਾਂ ਦੀ ਖੁਫੀਆ ਏਜੰਸੀ ਤੇ ਫੌਜ ਦੇ ਜਰਨੈਲਾਂ ਨੂੰ ਵੀ ਪਾਣੀ ਨਹੀਂ ਸੰਗੋ ਲੰਗਦਾਉਣਾ ਜੀ ਕਿਉਂਕਿ ਸਲਾਹਉਦੀਨ ਹੈ ਕੀ ਹੈ ਇੱਕ ਪਿਆਦਾ ਜਿੱਦਾਂ ਇਹੋ ਕੰਮ ਕਰਾਉਂਦੇ ਆ ਜੰਮੂ ਕਸ਼ਮੀਰ ਦੇ ਵਿੱਚ ਸਾਡੀ ਸਟੇਟ ਚ ਗੜਬੜਿਆ ਉਹ ਕਸ਼ਮੀਰ ਕੱਲੀ ਕਹਿੰਦੇ ਅਸੀਂ ਜੰਮੂ ਕਸ਼ਮੀਰ ਕਿੰਨੇ ਕਿਉਂਕਿ ਪੂਰੀ ਸਟੇਟ ਤਾਂ ਬਣਦੀ ਹੈ ਜੀ ਇਸ ਸਲਾਹਉਦੀਨ ਨੂੰ ਅੱਗੇ ਲਾਇਆ ਤੇ ਪਿਛਲੇ ਸਾਲ ਜਦੋਂ ਕਸ਼ਮੀਰ ਦੇ ਵਿੱਚ ਅਮਨ ਦੀ ਪ੍ਰਕਿਰਿਆ ਸ਼ੁਰੂ ਹੋਈ ਪੀਸ ਪ੍ਰੋਸੈਸ ਸ਼ੁਰੂ ਹੋਇਆ ਇਸੇ ਸਲਾਹਉਦੀਨ ਨੇ ਪਿਛਲੇ ਸਾਲ ਸਤੰਬਰ ਦੇ ਵਿੱਚ ਅਕਤੂਬਰ ਚ ਨਵੰਬਰ ਚ ਤਿੰਨ ਵਾਰ ਦੁਹਰਾ ਕੇ ਆਖਿਆ ਸੀ ਕਿ ਕਸ਼ਮੀਰ ਦੇ ਵਿੱਚ ਕਿਹੜਾ ਅਮਨ ਕਾਇਮ ਕਰਨਾ ਚਾਹੁੰਦੇ ਆ ਮੈਂ ਤਾਂ ਹੁਣੇ ਦਿਣਾ ਮੈਂ ਲੀਓ ਲਾ ਦੇਗਾ ਮੈਂ ਤਾਂ ਕਸ਼ਮੀਰੀ ਬੱਚਿਆਂ ਨੂੰ ਸੁਸਾਈਸਾਈਡ ਬੰਬਰ ਬਣਾਵਾਂਗਾ ਫਿਦਾਇਨ ਬਣਾਵਾਂਗਾ ਆਤਮਕਾਤੀ ਬੰਬਾਰ ਬਣਾਵਾਂਗਾ ਇਹ ਗੱਲ ਹੁਣ ਤੱਕ ਸਾਰਿਆਂ ਨੂੰ ਪਤਾ ਸੀ ਬਰਾਕ ਓਬਾਮਾ ਨੂੰ ਵੀ ਪਤਾ ਸੀ ਬਰਾਕ ਓਬਾਮਾ ਜਨਵਰੀ ਤੱਕ ਕਮਾਂਡ ਕਰਦਾ ਰਿਹਾ ਅਮਰੀਕਾ ਦੀ ਉਹਨੇ ਫੈਸਲਾ ਕਿਉਂ ਨਾ ਕੀਤਾ ਪਰ ਡੋਨਰ ਟਰੰਪ ਜਦੋਂ ਆਇਆ ਉਦੋਂ ਦਾ ਇਹ ਦਬਕੇ ਮਾਰੀ ਜਾਂਦਾ ਸੀ ਉਹਨਾਂ ਨੂੰ ਅਖੀਰ ਉਹਨੇ ਇੱਕ ਫੈਸਲਾ ਕਰ ਦਿੱਤਾ ਔਰ ਇੱਕ ਫੈਸਲਾ ਜਦੋਂ ਕੀਤਾ ਇਨੂੰ ਕੱਲੇ ਸਲਾਹੋਦੀਨ ਦਾ ਫੈਸਲਾ ਨਹੀਂ ਸਮਝਣਾ ਚਾਹੀਦਾ ਚੀਨ ਦੀ ਬੋਲੀ ਚ ਕਹਿੰਦੇ ਆ ਬੱਕਰੇ ਨੂੰ ਡਰਾਉਣਾ ਉਹਦੇ ਸਾਹਮਣੇ ਚੂਚਾ ਮਾਰ ਦਿਓ ਸਲਾਹੋਦੀਨ ਛੋਟਾ ਹੈ ਜੀ ਇਹਦੇ ਨਾਲੋਂ ਵੱਡੇ ਬੱਕਰੇ ਕੌਣ ਨੇ ਹਕਾਨੀ ਨੈਟਵਰਕ ਹੈ ਜਿਹੜਾ ਅਫਗਾਨਿਸਤਾਨ ਦੇ ਵਿੱਚ ਜਾ ਕੇ ਉਹਨਾਂ ਤੇ ਅਮਰੀਕਾ ਵਾਲਿਆਂ ਤੇ ਉਹਨਾਂ ਦੀ ਫੌਜ ਤੇ ਹਮਲੇ ਕਰਦਾ ਤੇ ਅਮਰੀਕਾ ਵਾਲੇ ਬਾਰ-ਬਾਰ ਪਾਕਿਸਤਾਨ ਨੂੰ ਕਹਿੰਦੇ ਉੱਤੇ ਕਾਰਵਾਈ ਕਰਨੀ ਤੇ ਤੇਰੇ ਖਿਲਾਫ ਕਾਰਵਾਈ ਕਰਨੀ ਆ ਨਾ ਪਾਕਿਸਤਾਨ ਨੇ ਹਕਾਨੀ ਦੇ ਉੱਤੇ ਕਾਰਵਾਈ ਕੀਤੀ ਤੇ ਨਾ ਅਮਰੀਕਾ ਨੇ ਪਾਕਿਸਤਾਨ ਤੇ ਕੀਤੀ ਪਰ ਇਸ ਇੱਕੋ ਗੱਲ ਨੇ ਪਾਕਿਸਤਾਨ ਨੂੰ ਰਾਹ ਦਾ ਦੱਸ ਦਿੱਤਾ ਕਿ ਸਟੈਪ ਬਾਏ ਸਟੈਪ ਕਦਮ-ਕਦਮ ਕਰਕੇ ਡੋਨਲਡ 트੍ਰੰਪ ਤੁਹਾਡੇ ਠੇਢੀ ਚੜਿਆ ਆਉਂਦਾ ਤੁਹਾਡੇ ਪੈਰ ਮਿੱਧਾ ਆਉਂਦਾ ਜੇ ਬਚਨਾ ਤੇ ਹਕਾਨੀ ਤੁਹਾਨੂੰ ਫੜਨਾ ਪੈਣਾ ਕਾਰਵਾਈ ਕਰਨੀ ਪੈਣੀ ਨਹੀਂ ਤੇ ਰਾਹ ਕੋਈ ਨਹੀਂ ਦੂਸਰੀ ਗੱਲ ਇਹ ਕਿ ਅਤਵਾਦ ਦੇ ਖਿਲਾਫ ਲੜਾਈ ਵਿੱਚ ਤਾਂ ਅਮਰੀਕਾ ਤੇ ਭਾਰਤ ਦੋਵਾਂ ਦੀ ਮਜਬੂਰੀ ਹੈ ਲੜਨਾ ਪਣਾ ਭਾਰਤ ਸਿੱਧੀ ਲੜਾਈ ਬੜੇ ਸਾਲਾਂ ਤੋਂ ਲੜਦਾ ਪਿਆ ਅਮਰੀਕਾ ਬਲੇ ਥੋੜਾ ਜਿਹਾ ਲੜਦੇ ਸੀ ਥੋੜੇ ਜਿਹਾ ਕਦਮ ਪਿੱਛੇ ਖਿੱਚਦੇ ਸੀ ਥੋੜਾ ਜਿਹਾ ਅੱਤਵਾਦੀਆਂ ਨਾਲ ਲੜ ਕੇ ਥੋੜਾ ਜਿਹਾ ਅੱਤਵਾਦੀਆਂ ਦੇ ਪ੍ਰਤਪਾਲਕ ਪਾਕਿਸਤਾਨ ਦੇ ਨਾਲ ਸੌਦੇਬਾਜ਼ੀ ਕਰਦੇ ਸੀ ਜੀ ਭਾਰਤ ਸਿੱਧੀ ਲੜਾਈ ਲੜ ਰਿਆ ਸੀ ਉਹ ਸਿੱਧੀ ਲੜਾਈ ਬਲੇ ਦੇ ਨਾਲ ਹੁਣ ਜੇ ਅਮਰੀਕਾ ਵੀ ਉਸੇ ਥਾਂ ਤੇ ਡਟ ਕੇ ਖਲੋ ਜਾਂਦਾ ਤੇ ਸਾਡਾ ਫਾਇਦਾ ਹੀ ਪਿਆਦਾ ਇਸ ਕੱਲ ਤੇ ਪਰ ਇਹਦੇ ਤੋਂ ਇਲਾਵਾ ਹੋਰ ਵੀ ਬਾਕੀ ਗੱਲਾਂ ਹੋਈਆਂ ਨੇ ਜਿਵੇਂ ਉਹਨਾਂ ਨੇ ਇਹ ਫੈਸਲਾ ਕਰ ਲਿਆ ਕਿ ਉਹਨਾਂ ਦੇ ਸੀਓ ਜਿਹੜੇ ਆ ਉਹ ਕਹਿੰਦੇ ਹੁਣ ਅਸੀਂ ਇੰਡੀਆ ਦੇ ਵਿੱਚ ਇਨਵੈਸਟਮੈਂਟ ਕਰਾਂਗੇ ਨਰਿੰਦਰ ਮੋਦੀ ਸਾਹਿਬ ਨੇ ਜਾ ਕੇ ਕਹਿਤਾ ਜੀ ਸਾਡੇ ਬੜਾ ਉੱਥੇ ਇਨਵੈਸਟਮੈਂਟ ਫ੍ਰੈਂਡਲੀ ਮਾਹੌਲ ਹੈ। ਉਦਾਂ ਤੇ ਨਰਿੰਦਰ ਮੋਦੀ ਨੇ ਇਹ ਵੀ ਕਿਹਾ ਮੇਰੀ ਸਰਕਾਰ ਤੇ ਅਜੇ ਤੱਕ ਕਦੇ ਕੋਈ ਦਾਗ ਨਹੀਂ ਲੱਗਾ 3 ਸਾਲਾਂ ਚ। ਲੱਗਾ ਕਿ ਨਹੀਂ ਲੱਗਾ ਭਾਰਤ ਵਾਲੇ ਤੇ ਜਾਣਦੇ ਬਾਹਰ ਦੇ ਨੂੰ ਨਾ ਪਤਾ ਹੋਵੇ। ਇਸ ਸਰਕਾਰ ਦੇ ਉੱਤੇ ਦਾਗ ਬਥੇਰੇ ਨੇ। ਜੀ। ਉਹ ਜੇ ਕਹਿੰਦੇ ਨਹੀਂ ਲੱਗਾ ਤੇ ਨਹੀਂ ਲੱਗਾ ਸੀ ਜਦੋਂ ਬਾਹਰ ਜਾ ਕੇ ਵਿਦੇਸ਼ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਦੇ ਤੌਰ ਤੇ ਬੋਲਦਾ ਤੇ ਅਸੀਂ ਵੀ ਕਾਨੂੰ ਕੱਟਣਾ ਰਾਜਨੀਤੀ ਵੀ ਥੋੜੀ-ਬਹੁਤ ਕਰਦਾ ਕਰ ਜਾਂਦੇ ਹੋਂ ਪਰ ਅਮਰੀਕਾ ਦੇ ਵਿੱਚੋਂ ਮਲਟੀਨੇਸ਼ਨਲ ਕਾਰਪੋਰੇਸ਼ਨਾਂ ਦੇ ਸੀਈਓਜ਼ ਦਾ ਇਹ ਕਹਿਣਾ ਕਿ ਅਸੀਂ ਉੱਥੇ ਹੁਣ ਇਨਵੈਸਟਮੈਂਟ ਕਰਨ ਨੂੰ ਤਿਆਰ ਹਾਂ ਇਹ ਆਪਣੇ ਆਪ ਚ ਅਰਥ ਰੱਖਦਾ ਜੀ ਤੀਸਰੀ ਗੱਲ ਇਹ ਕਿ ਅਮਰੀਕਾ ਦੇ ਵਿੱਚੋਂ ਹੀ ਆਉਣ ਲੱਗਿਆਂ ਜਿਹੜਾ ਉੱਥੋਂ ਡਰੋਨ ਜਹਾਜ਼ ਲੈਣੇ ਸੀ ਔਰ ਉਹ ਡਰੋਨ ਤਾਂ ਅੱਜਕੱਲ ਸਾਡੇ ਇੱਥੇ ਬੰਗਲੌਰ ਚ ਵੀ ਬਣ ਜਾਂਦੇ ਭਾਰਤ ਵਿੱਚ ਚੀਨ ਵਾਲੇ ਵੀ ਬਣਾਉਂਦੇ ਹੋਰ ਥਾਂ ਤੋਂ ਵੀ ਬਣਾਉਂਦੇ ਆ ਜੀ ਇੱਕ ਖਾਸ ਕਿਸਮ ਦੇ ਡਰੋਨ ਆ ਜਿਹੜੇ ਸਿਰਫ ਅਮਰੀਕਾ ਵਾਲੇ ਬਣਾਉਂਦੇ ਆ ਤੇ ਅਮਰੀਕਾ ਦੇ ਹਮਾਇਤੀ ਦੇਸ਼ਾਂ ਕੋਲ ਜਾਂ ਦੂਸਰੇ ਕਿਸੇ ਕੋਲ ਹੈ ਨਹੀਂ ਉਹੜੇ ਖਾਸ ਕਿਸਮ ਦੇ ਡਰੋਨ ਨੇ ਜਿਹੜੇ ਲੜਾਈ ਦੇ ਕੰਮ ਵੀ ਆ ਸਕਦੇ ਆ ਉਹਨਾਂ ਦੇ ਬਾਰੇ ਨਰਿੰਦਰ ਮੋਦੀ ਨਾਲ ਸਮਝੌਤਾ ਕਰ ਲੈਣਾ ਕਿ ਅਸੀਂ ਤੁਹਾਡੇ ਭਾਰਤ ਨੂੰ ਦਿਆਂਗੇ ਜੇ ਭਾਰਤ ਨੂੰ ਉਹ ਦਿੰਦੇ ਆ ਤੇ ਪਾਕਿਸਤਾਨ ਦੇ ਵਾਸਤੇ ਇਹ ਇੱਕ ਹੋਰ ਬੁਰੀ ਖਬਰ ਹੈ ਨਰਿੰਦਰ ਮੋਦੀ ਤਾਂ ਪਹਿਲੇ ਅਮਰੀਕਾ ਜਾ ਕੇ ਸਰਜੀਕਲ ਸਟ੍ਰਾਈਕ ਦੀਆਂ ਕਹਾਣੀਆਂ ਪਾਉਂਦਾ ਤੇ ਜਦੋਂ ਆਉਣ ਲੱਗਿਆ ਉਹ ਡਰੋਨ ਵੀ ਚੁੱਕ ਲਿਆ ਉਹ ਡਰੋਨ ਨਹੀਂ ਹੋਣਾ ਪਾਕਿਸਤਾਨ ਨੂੰ ਡਰਾਉਣ ਦਾ ਮਸਾਲਾ ਹੋਣਾ ਇਸ ਪੱਖ ਤੋਂ ਵੇਖੀਏ ਤੇ ਨਰਿੰਦਰ ਮੋਦੀ ਦੀ ਅਮਰੀਕਾ ਦੀ ਫੇਰੀ ਕਾਫੀ ਕਾਮਯਾਬ ਰਹੀ ਜੀ ਜਤਿੰਦਰ ਪੰਡੂ ਜੀ ਵਕਤੋਂ ਚਲਾਇਆ ਇੱਕ ਛੋਟਾ ਜਿਹਾ ਬ੍ਰੇਕ ਦਾ ਸੁਪ੍ਰਾਈਮ ਡਿਸਕਸ਼ਨ ਦੇ ਵਿੱਚ ਰੁਕਣਾ ਇੱਕ ਛੋਟਾ ਜਿਹਾ ਬ੍ਰੇਕ ਦੇ ਲਈ ਬਹੁਤ ਵਿਸ਼ਾਲ ਹੈ ਖਬਰਾਂ ਦਾ ਇਹ ਸੰਸਾਰ ਕਦੇ ਸੱਚ ਦੀ ਖਬਰ ਤੇ ਕਦੇ ਕੱਚ ਦੀ ਖਬਰ ਕਦੇ ਦੁੱਖ ਦੀ ਖਬਰ ਤੇ ਕਦੇ ਭੁੱਖ ਦੀ ਖਬਰ ਪਰ ਹਰ ਖਬਰ ਦੇ ਪਿੱਛੇ ਲੁਕੀ ਹੁੰਦੀ ਹੈ ਇੱਕ ਖਬਰ ਜਿਸਦੀ ਗੱਲ ਕਰਦੇ ਹਾਂ ਅਸੀਂ ਪ੍ਰੋਗਰਾਮ ਖਬਰ ਦੀ ਖਬਰ ਦੇ ਵਿੱਚ ਪ੍ਰਾਈਮ ਏਸ਼ੀਆ ਟੀਵੀ ਤੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਹਰ ਰੋਜ਼ ਟ੍ਰਾਂਟੋ ਟਾਈਮਿੰਗ 8:30 ਵਜੇ ਸ਼ਾਮੀ ਤੇ ਇਸੇ ਟਾਈਮ ਵੈਨ ਹੋਵੇਗਾ ਤੋ ਇੱਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਤੁਹਾਡਾ ਸਵਾਗਤ ਹੈ ਪੰਨੂ ਸਾਹਿਬ ਪਿਛਲੇ ਕਾਫੀ ਦਿਨਾਂ ਤੋਂ ਭਾਰਤ ਦੇ ਵਿੱਚ ਘੱਟ ਫਿਰਕੇ ਗਿਣਤੀ ਵਾਲੇ ਲੋਕਾਂ ਦੇ ਉੱਤੇ ਕਈ ਹਿੰਸਕ ਘਟਨਾਵਾਂ ਦੇਖਣ ਨੂੰ ਮਿਲੀਆਂ ਨੇ ਸੋ ਇਸ ਕਾਰਨ ਕਈ ਥਾਵਾਂ ਤੇ ਈਦ ਦਾ ਤਿਉਹਾਰ ਨਹੀਂ ਬਣੇਗਾ ਸੋ ਇਸ ਦਾ ਕੀ ਸੱਟਾ ਦੇਖ ਲੇਗਾ ਦੇਖੋ ਮਨਪ੍ਰੀਤ ਜੀ ਸਮੱਸਿਆ ਇਹ ਹੈ ਕਿ ਕਿਸੇ ਵੀ ਦੇਸ਼ ਦੇ ਵਿੱਚ ਫਿਰਕਾ ਪ੍ਰਸਤੀ ਦੋ ਕਿਸਮ ਦੀ ਹੁੰਦੀ ਹੈ ਇੱਕ ਫਿਰਕਾ ਪ੍ਰਸਤੀ ਹੁੰਦੀ ਹੈ ਘੱਟ ਗਿਣਤੀਆਂ ਚੋਂ ਜਿਹੜੇ ਕਹਿੰਦੇ ਸਾਡੇ ਨਾਲ ਜ਼ਿਆਤੀਆਂ ਹੁੰਦੀਆਂ ਜੀ ਉਹ 扑ਕ ਕੇ ਉੱਠਦੇ ਆ ਕਦੇ ਕਦੇ ਉਹ ਹਥਿਆਰ ਵੀ ਚੁੱਕ ਲੈਂਦੇ ਅੱਤਵਾਦ ਵਾਲੇ ਪਾਸੇ ਤੁਰਦੇ ਆ ਦੂਸੀ ਫਿਰਕਾ ਪ੍ਰਸਤੀ ਹੁੰਦੀ ਬਹੁ ਗਿਣਤੀ ਦੀ ਬਹੁ ਗਿਣਤੀ ਵਾਲਨੂੰ ਹਥਿਆਰ ਚੁੱਕਣ ਦੀ ਲੋੜ ਨਹੀਂ ਦੇਸ਼ ਵਿੱਚ ਬਹੁ ਗਿਣਤੀ ਉਹਨਾਂ ਦੀ ਹੈ ਭੀੜ ਨੂੰ 扑ਕਾ ਦਿਓ ਉਹ 扑ਕੀ ਹੋਈ ਭੀੜ ਆਪਣੇ ਆਪ ਚ ਹਥਿਆਰ ਬਣ ਜਾਂਦੀ ਹੈ ਕਿਸੇ ਵੀ ਕਿਸਮ ਦਾ ਕੁਝ ਵੀ ਕਰ ਦਿੰਦੀ ਹੈ ਪਾਕਿਸਤਾਨ ਦੇ ਵਿੱਚ ਮੁਸਲਮਾਨ ਨੂੰ ਹਥਿਆਰ ਚੁੱਕਣ ਦੀ ਲੋੜ ਨਹੀਂ ਜੀ ਕਿਉਂਕਿ ਹਿੰਦੂ ਬੋਧੀ ਕ੍ਰਿਸਚੀਅਨ ਸਿੱਖ ਇਹ ਸਾਰੇ ਘੱਟ ਗਿਣਤੀਆਂ ਨੇ ਇਹ ਤੋਂ ਸਾਹਮਣੇ ਸਿਰ ਨਹੀਂ ਚੁਕਣ ਜੋਗੇ ਭਾਰਤ ਵਿੱਚ ਇਹ ਪੋਜੀਸ਼ਨ ਨਹੀਂ ਗਈ ਭਾਰਤ ਵਿੱਚ ਘੱਟ ਗਿਣਤੀਆਂ ਵੀ ਕਾਫੀ ਮਜ਼ਬੂਤ ਨੇ ਔਰ ਦੂਸਰਾ ਇੱਕ ਇੱਥੇ ਬਹੁ ਗਿਣਤੀ ਧਰਮ ਜਿਹੜਾ ਹਿੰਦੂ ਧਰਮ ਹੈ ਇਹਦਾ ਪ੍ਰਾਚੀਨ ਯੁੱਗ ਤੋਂ ਲੈ ਕੇ ਇੱਕ ਰਿਕਾਰਡ ਰਿਹਾ ਹੈ ਕਿ ਬੜਾ ਸਹਿਣਸ਼ੀਲ ਹੈ ਜੇ ਕਿਸੇ ਨੇ ਆਖਿਆ ਰੱਬ ਉੱਤੇ ਹੈਗਾ ਇਹਨੇ ਆਖਿਆ ਵੀ ਸੰਤ ਹੈ ਜਿਨੇ ਆਖਿਆ ਰੱਬ ਉੱਤੇ ਨਹੀਂਗਾ ਸਿਰਫ ਬੰਦੇ ਵਿੱਚ ਹੀ ਆ ਬਾਹਰ ਕੋ ਰੱਬ ਹੀ ਨਹੀਂ ਹੈਗਾ ਕਹਿੰਦੇ ਇਹ ਵੀ ਸੰਤ ਹੈ ਜੇ ਕਿਸੇ ਨੇ ਆਖਿਆ ਮੂਰਤੀ ਪੂਜੋ ਇਹਨਾਂ ਆਖਿਆ ਉਹ ਵੀ ਸੰਤ ਹੈ ਜਿਨੇ ਆਖਿਆ ਮੂਰਤੀਆਂ ਚ ਕੀ ਪਿਆ ਇਹ ਵੀ ਸੰਤ ਹੈ ਚਾਰਵਾਖ ਜਿਹੜਾ ਕਹਿੰਦਾ ਸੀ ਕੋਈ ਰੰਮ ਰੂਪ ਹੈ ਹੀ ਨਹੀਂ ਉਹਨੂੰ ਵੀ ਸੰਤ ਮੰਨ ਲਿਆ ਇਬਰਾਹਿਮ ਕਬੂਰ ਜਿਹੜਾ ਤਰਕਸ਼ੀਲਾ ਦਾ ਮੋਢੀ ਸੀਗਾ ਜਿਨੇ ਸਾਰੇ ਵਹਿਮ ਭਰਮ ਆਸਤਿਕਤਾ ਸਾਰੇ ਕੁਝ ਨੂੰ ਰੱਦ ਕੀਤਾ ਇਹਨੂੰ ਵੀ ਸੰਤ ਕਹੀ ਜਾਂਦੇ ਨੇ ਇਸ ਸੈਂਡ ਚੇਲਤਾ ਹਿੰਦੁਸਤਾਨ ਦੇ ਬਹੁ ਗਿਣਤੀ ਧਰਮ ਵਿੱਚ ਇਹਦੇ باوجود ਇਸ ਬਹੁ ਗਣਤੀ ਧਰਮ ਦੇ ਵਿੱਚ ਬਹੁ ਗਣਤੀ ਤਾਂ ਨਹੀਂ ਪਰ ਕਾਫੀ ਵੱਡੀ ਗਣਤੀ ਉਹਨਾਂ ਦੀ ਹੈ ਜਿਨ੍ਹਾਂ ਦੇ ਅੰਦਰ ਕਿਤਨਾ ਕਿਤੇ ਫਿਰਕਾ ਪ੍ਰਸਤੀ ਦਾ ਜਿਹੜਾ ਕੀੜਾ ਉਹ ਸਿਰ ਵਿੱਚ ਉਬਲਦਾ ਨੱਚਦਾ 扑ੜਕਦਾ ਤੇ ਉਹ ਫਿਰ ਪੁੱਠੇ ਕੰਮ ਕਰਾਉਂਦਾ ਜੀ ਪਿਛਲੇ ਸਮੇਂ 'ਚ ਜਦੋਂ ਦੀ ਭਾਜਪਾ ਦੀ ਸਰਕਾਰ ਆਈ ਹੈ ਭਾਜਪਾ ਕਿਉਂਕਿ ਹਿੰਦੂ ਤัพ ਦੇ ਏਜੰਡੇ ਨੂੰ ਲੈ ਕੇ ਚੱਲਦੀ ਹੈ ਇਹਦੀ ਪਿੱਠ ਤੇ ਆਰਐਸਐਸ ਆ ਜਿਹੜਾ ਆਪਣੇ ਜਨਮ ਦੇ ਵੇਲੇ ਤੋਂ ਕਹਿੰਦਾ ਕਿ ਹਿੰਦੁਸਤਾਨ ਦੇ ਵਿੱਚ ਹਿੰਦੂ ਰਾਸ਼ਟਰ ਹੋਣਾ ਚਾਹੀਦਾ ਕੱਟਗਿੰਦੀਆਂ ਨੂੰ ਨੰਬਰ 2 ਦੇ ਸ਼ਹਿਰੀ ਹੋਣਾ ਚਾਹੀਦਾ ਖਾਸ ਤੌਰ ਤੇ ਮੁਸਲਮਾਨਾਂ ਦੇ ਖਿਲਾਫ ਇਸ ਸਰਕਾਰ ਦੇ ਆਉਣ ਤੋਂ ਬਾਅਦ ਕੱਟਗਿੰਦੀਆਂ ਦੇ ਉੱਤੇ ਹਮਲੇ ਵਧੇ ਦਿੱਲੀ ਦੇ ਬਹੁਤ ਨੇੜੇ ਦਾਦਰੀ ਦੇ ਪਿੰਡ ਬਸਾੜਾ ਦੇ ਵਿੱਚ ਅਖਲਾਕ ਨਾਮ ਦੇ ਮੁਸਲਮਾਨ ਦੇ ਘਰ ਤੇ ਹਮਲਾ ਕੀਤਾ ਗਿਆ ਉਹ ਮੁਸਲਮਾਨ ਪਿੰਡ ਚ ਬਹੁਤ ਪਾਪੂਲਰ ਸੀ ਬਾਹਰੋਂ ਆਏ ਬੰਦਿਆਂ ਨੇ ਪਿੰਡ ਨੂੰ ਢਕਾਇਆ ਕਿ ਨੇ ਗਾਹ ਮਾਰ ਕੇ ਖਾਧੀ ਉਹਨੂੰ ਕੁੱਟਕੁੱਟ ਕੇ ਮਾਰ ਦਿੱਤਾ ਗਿਆ ਮੁੰਡਿਓ ਦੇ ਫੌਜ ਦੇ ਵਿੱਚ ਸੇਵਾ ਕਰਦੇ ਪਏ ਨੇ ਉੱਥੇ ਗਾਂ ਦਾ ਮਾਸ ੁੱਟ ਕੇ ਆਖ ਕੇ ਕਹਿੰਦੇ ਜਿਹਦੇ ਘਰੋਂ ਬਰਾਮਦ ਹੋਇਆ ਝੂਠ ਬੋਲਿਆ ਕਿ ਫਿਰ ਇਦਾਂ ਦੀ ਘਟਨਾ ਰਾਜਸਥਾਨ 'ਚ ਹੋਈ ਕਿ ਦੁੱਧ ਵਾਸਤੇ ਗਾਂ ਖਰੀਦ ਕੇ ਲਿਆਂਦੀ ਤੇ ਗਾਵਾਂ ਲੈ ਕੇ ਜਦੋਂ ਆਉਂਦੇ ਪਿਆ ਸੀ ਤੇ ਰਾਜਪੀੜ ਨੇ ਘੇਰ ਲਿਆ ਬਾਕੀ ਬੰਦੇ ਹਸਪਤਾਲ ਪਹੁੰਚ ਕੇ ਇੱਕ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਬਾਕੀ ਹਸਪਤਾਲ ਕਈ ਕਈ ਦਿਨ ਹਫ਼ਤਿਆਂ ਤੱਕ ਕੁੱਟ ਖਾ ਕੇ ਪੈਰ ਆਖਿਆ ਜੀ ਇਹ ਬੁਚੜਖਾਨੇ ਗਾਵਾਂ ਲੈ ਕੇ ਚੱਲੇ ਸੀ ਨਰਿੰਦਰ ਮੋਦੀ ਸਾਹਿਬ ਦੇ ਆਪਣੇ ਗੁਜਰਾਤ ਵਿੱਚ ਉਹਨਾਂ ਦਲਤਾਂ ਦੇ ਤੇ ਹਮਲਾ ਕੀਤਾ ਗਿਆ ਜਿਨ੍ਹਾਂ ਨੂੰ ਕਿਸਾਨਾਂ ਨੇ ਮਰੀ ਗਾਂ ਦਿੱਤੀ ਸੀ ਔਰ ਗਾਂ ਛੇਰਨੇ ਵਾਲੀ ਸੀ ਹੁਣ ਤਾਜਾ ਘਟਨਾਵਾਂ ਕੀ ਨੇ ਦਿੱਲੀ ਦੇ ਲਾਗੇ ਪਲਵਲ ਨੂੰ ਜਾਂਦੀ ਰੇਲ ਗੱਡੀ ਦੇ ਵਿੱਚ ਸੀਟ ਤੇ ਬੈਠਣ ਤੋਂ ਬੰਦੇ ਲੜੇ ਪੰਜ ਸੱਤ ਬੰਦੇ ਆ ਗਏ ਉਹਨਾਂ ਨੇ ਦੋ ਬੰਦੇ ਬੈਠੇ ਸੀ ਉਹਨਾਂ ਨੂੰ ਆਖਿਆ ਉੱਠੋ ਉਹ ਕਹਿੰਦੇ ਅਸੀਂ ਪਹਿਲਾਂ ਬੈਠੇ ਸੀ ਨਹੀਂ ਉੱਠਦੇ ਕਦੇ ਉੱਠਣਾ ਪਊ ਸਾਡੇ ਬਾਅਦ ਸੀਟਾਂ ਖਾਲੀ ਕਰੋ ਉਹ ਕਹਿੰਦੇ ਨਹੀਂ ਕਰਦੇ ਅਸੀਂ ਬੈਠੇ ਸਾਡੇ ਕੋਲ ਵੀ ਟਿਕਟਾਂ ਤੁਸੀਂ ਗਾਂ ਖਾਣੇ ਆ ਉਹ ਕਹਿੰਦੇ ਬੈਠੇ ਤੇ ਸੀਟ ਤੇ ਇੱਥੇ ਗਾਂ ਖਾਣ ਦਾ ਸਵਾਲ ਕਿੱਥੋਂ ਆ ਗਿਆ ਜੀ ਉਹਨਾਂ ਟੈਲੀਫੋਨ ਕਰਕੇ ਬੰਦੇ 사ਤ ਦੇ ਅਗਲੇ ਸਟੇਸ਼ਨ ਤੇ ਉਹ ਬੰਦੇ ਆ ਗਏ ਭੀੜ 'ਪੇ ਕੁਟਕੁਟਕੇ ਉਹਨਾਂ ਚ ਇੱਕ ਬੰਦਾ ਮਾਰਤਾ ਬਾਕੀਆਂ ਨੂੰ ਸੱਟਾਂ ਲੱਗ ਗਈਆਂ ਜਿਹੜਾ ਮੁੱਖ ਦੋਸ਼ੀ ਫੜਿਆ ਗਿਆ ਉਹ ਪੁਲਿਸ ਨੂੰ ਕਹਿੰਦਾ ਜੀ ਮੈਂ ਤਾਂ ਪੀਤੀ ਸੀ ਮੈਨੂੰ ਤਾਂ ਪਤਾ ਕੋਈ ਨਹੀਂ ਮੈਨੂੰ ਉਹਨਾਂ ਬੰਦਿਆਂ ਨੇ ਆਖਿਆ ਸੀ ਇਹ ਗਾਂ ਖਾਂਦੇ ਮੇਰ ਤੋਂ ਬਰਦਾਸ਼ਤ ਨਹੀਂ ਕੀਤਾ ਗਿਆ ਮੈਂ ਤੇ ਗਾਂ ਖਾਂਦੇ ਵੇਖੇ ਨਹੀਂ ਪਰ ਉਹ ਸਾਬਤ ਹੋ ਗਿਆ ਕਿ ਰੇਲ ਗੱਡੀ ਦੇ ਵਿੱਚ ਸੀਟ ਦੇ ਉੱਤੇ ਬੈਠਣ ਦਾ ਝਗੜਾ ਸੀ ਜਿਹਨੇ ਗਊ ਮਾਸ ਨਾਲ ਜੋੜ ਦਿੱਤਾ ਗਿਆ ਜੀ ਉੱਤਰ ਪ੍ਰਦੇਸ਼ ਦੇ ਬਉ ਦੇ ਵਿੱਚ ਇੱਕ ਮਸਜਿਦ ਵਿੱਚ ਪੂਜਾ ਕਰਦਾ ਨਮਾਜ਼ ਪੜ੍ਹਦਾ ਜਿਹੜਾ ਬੰਦਾ ਹੈ ਬੰਦਗੀ ਕਰਦਾ ਉਹਨੂੰ ਮਾਰ ਦਿੱਤਾ ਗਿਆ ਇਸ ਤਰ੍ਹਾਂ ਦੀਆਂ ਕੁਝ ਘਟਨਾਵਾਂ ਜਿਹੜੀਆਂ ਵਾਪਰੀਆਂ ਇਹਦੇ ਤੋਂ ਬਾਅਦ ਉਹ ਭਾਈਚਾਰਾ ਦਬਾਇਟ ਉਹਨਾਂ ਨੇ ਹੋਰ ਕੁਝ ਨਹੀਂ ਕੀਤਾ ਇੱਥੇ ਜਿਹੜੀ ਦਿੱਲੀ ਲਾਗੇ ਘਟਨਾ ਉੱਥੇ ਵੀ ਉੱਤਰ ਪ੍ਰਦੇਸ਼ ਦੇ ਮੌਜੂਦਲੇ ਦੀ ਘਟਨਾ ਚ ਵੀ ਉਹ ਸਵੇਰੇ ਕਾਲੀਆਂ ਪੱਟੀਆਂ ਬੰਨ ਕੇ ਗਏ ਮਸਜਿਦ ਵਿੱਚ ਜਾ ਕੇ ਨਮਾਜ਼ ਅਦਾ ਕੀਤੀ ਆਪੋ ਆਪਣੇ ਘਰਾਂ 'ਆਂ ਆ ਕੇ ਬੈਠ ਗਏ ਨਾ Eid ਦੀ ਕਿਸੇ ਨੂੰ ਵਧਾਈ ਦਿੱਤੀ ਨਾ Eid ਦੀਆਂ ਸੇਵੀਆਂ ਬਣਾਈਆਂ ਨਾ Eid ਦੀ ਵੰਡੀ ਨਾ ਕਿਸੇ ਨੇ ਨਵੇਂ ਕੱਪੜੇ ਪਾਏ ਹਾਲਾਂਕਿ Eid ਦੇ ਉੱਤੇ ਮੁਸਲਮਾਨ ਨਵੇਂ ਕੱਪੜੇ ਵੀ ਪਾਉਂਦੇ ਇਹ ਸਾਰਾ ਕੁਝ ਜੜਾ ਸੀ ਵਰਦ ਕਰਤਾ ਕਹਿੰਦੇ ਜੀ ਸਾਨੂੰ ਕੋਈ ਖੁਸ਼ੀ ਨਹੀਂ ਅਸੀਂ ਕਾਦੀ ਖੁਸ਼ੀ ਬਣਾਈ ਉਹਨਾਂ ਨੂੰ ਇੱਕ ਹੋਰ ਪੱਖ ਤੋਂ ਵੇਖੋ ਇੱਥੇ ਦੇਸ਼ ਵਿੱਚ ਕੁਝ ਇਸ ਤਰ੍ਹਾਂ ਦੇ ਸਾਧ ਸੰਤ ੱਗੇ ਨੇ ਜਿਹੜੇ ਲਗਾਤਾਰ ਮੁਸਲਮਾਨਾਂ ਦੇ ਖਿਲਾਫ ਕੁਝ ਵੀ ਬੋਲੀ ਜਾਂਦੇ ਆ ਇੱਕ ਸਾਧ ਵੀ ਨੇ ਇਹ ਵੀ ਕਹਿੰਦਾ ਜੇ ਤੁਹਾਡੀ ਕੋਈ ਇੱਕ ਕੁੜੀ ਚੁੱਕਦਾ ਉਹਨਾਂ ਦੀਆਂ ਹਜ਼ਾਰ ਕੁੜੀਆਂ ਉਹਦੇ ਮੱਲੇ ਚ ਵੜ ਕੇ ਚੁੱਕ ਲਿਓ ਇੱਕ ਸਾਧ ਰਵੀ ਨੇ ਇਹ ਕਹਿੰਦਾ ਕਿ ਮੁਸਲਮਾਨਾਂ ਦਾ ਮੁਕਾਬਲਾ ਕਰਨ ਲਈ ਹਰ ਹਿੰਦੂ ਔਰਤ 10-10 ਬੱਚੇ ਪੈਦਾ ਕਰੇ ਆਪ ਉਹਨੇ ਸਾਧਵੀ ਨੇ ਵਿਆਹ ਨਹੀਂ ਪਾਇਦਾ ਵਿਆਹ ਨਹੀਂ ਕੀਤਾ ਪਹਿਲਾਂ ਆਪ ਤਾਂ 10 ਨਾਲ ਸੀ 0 ਕੱਟਦੇ ਇੱਕ ਬੱਚਾ ਹੀ ਪੈਦਾ ਕਰ ਲਾ ਦੂਸਰਿਆਂ ਨੂੰ ਇਦਾਂ ਦੀਆਂ ਗੱਲਾਂ ਕਹਿੰਦੀ ਪਈ ਐ ਜੀ ਉਹ ਇਦਾਂ ਦੀਆਂ ਗੱਲਾਂ ਕਹਿਣ ਬਣਾ ਦੇ ਪਿੱਠ ਪਿੱਛੇ ਇੱਕ ਜਥੇਬੰਦੀ ਐ ਪੂਰੀ ਇੱਕ ਭਾਈ ਪੂਰਾ ਭਾਈਚਾਰਾ ਉਹ ਸਾਰਾ ਭਾਈਚਾਰਾ ਗਿਣ ਮਿਥ ਕੇ ਇਦਾਂ ਦੀਆਂ ਗੱਲਾਂ ਕਰਦਾ ਉਸ ਭਾਈਚਾਰੇ ਦੇ ਵਿੱਚੋਂ ਹੁਣ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਲੀਡਰ ਬੋਲ ਪਿਆ ਭਾਰਤ ਵਿੱਚ ਇੱਕ ਜਿਹੜੀ ਸਰਕਾਰ ਐ ਇਹਦੇ ਵਿੱਚ ਮੰਤਰਾਲਾ ਹੈਗਾ ਜਿਹੜਾ ਘਟ ਗਣਤੀਆਂ ਦਾ ਖਿਆਲ ਰੱਖਦਾ ਭਾਰਤ ਵਿੱਚ ਕਈ ਕਮਿਸ਼ਨ ਨੇ ਚੌਂਕ ਕਮਿਸ਼ਨ ਵਾਤਾਵਰਣ ਬਾਰੇ ਕਮਿਸ਼ਨ ਹੈ ਨੈਸ਼ਨਲ ਗ੍ਰੀਨ ਇੰਟਰਵਿਊ ਨਾਲ ਇਸ ਤਰ੍ਹਾਂ ਜੁਡੀਸ਼ੀਅਲ ਕਮਿਸ਼ਨ ਹੈ ਕਈ ਕਮਿਸ਼ਨ ਬਣੇ ਨੇ ਇੱਕ ਕਮਿਸ਼ਨ ਮinorities ਕਮਿਸ਼ਨ ਹੈ ਜਿਹੜਾ ਘੱਟ ਗਿਣਤੀ ਧਰਮਾਂ ਦੀ ਰਾਖੀ ਬਾਰੇ ਆ ਉਹਦਾ ਚੇਅਰਮੈਨ ਕਦੇ ਸਿੱਖ ਹੁੰਦਾ ਕਦੇ ਮੁਸਲਮਾਨ ਕਦੇ ਬੋਧੀ ਕਦੇ ਜੈਨੀ ਅੱਡ ਅੱਡ ਧਰਮਾਂ ਚੋਂ ਬਣਾਏ ਜਾਂਦੇ ਆ ਉਹਦਾ ਜਿਹੜਾ ਅੱਜਕੱਲ ਚੇਅਰਮੈਨ ਆ ਉਹਨੇ ਜਦੋਂ ਬਹੁਤਾਂ ਸ਼ਿਕਾਇਤਾਂ ਮਿਲੀਆਂ ਤੇ ਉਹਨੇ ਇਹ ਬਿਆਨ ਦਿੱਤਾ ਕਿ ਅਸੀਂ ਇੱਕ ਹੈਲਪਲਾਈਨ ਜਾਰੀ ਕੀਤੀ ਹੈ ਜਿਹੜੇ ਮੁਸਲਮਾਨ ਨੂੰ ਇਹ ਲੱਗਦਾ ਕਿ ਮੈਨੂੰ ਕੋਈ ਡਰ ਹੈ ਉਸ ਹੈਲਪਲਾਈਨ ਤੇ ਫੋਨ ਕਰ ਦੇਵੇ ਅਸੀਂ ਉਹਦੀ ਮਦਦ ਕਰ ਦਿਆਂਗੇ ਤੇ ਇਹ ਚ ਗਲਤ ਕੀ ਹੈ ਜਿਹਨੂੰ ਡਰਿਆ ਉਹ ਹੈਲਪਲਾਈਨ ਤੇ ਫੋਨ ਕਰ ਦੋ ਵਿਸ਼ਵ ਬਿੰਦੂ ਪ੍ਰੇਸ਼ਦ ਜਿਹੜੀ ਬੜੇ ਲੰਮੇ ਸਮੇਂ ਤੋਂ ਇਸ ਤਰ੍ਹਾਂ ਦੀਆਂ ਢੜਕਾਊ ਕਾਰਵਾਈਆਂ ਵਾਲਿਆਂ ਦਾ ਸਾਥ ਦਿੰਦੀ ਆ ਤੇ ਉਹਨਾਂ ਦੀ ਪਿੱਠ ਤੇ ਖਲੋਂਦੀ ਆ ਉਹਨਾਂ ਦੇ ਨੈਸ਼ਨਲ ਜਰਨਲ ਸੈਕਟਰੀ ਮਿਸਟਰ ਜੈਨ ਉਹਨੇ ਬਿਆਨ ਦਿੱਤਾ ਕਹਿੰਦਾ ਜੀ ਮੁਸਲਮਾਨਾਂ ਵਾਸਤੇ ਹੈਲਪਲਾਈਨ ਨੰਬਰ ਵੀ ਕਿਉਂ ਜਾਰੀ ਕੀਤਾ ਗਿਆ ਜੇ ਹੈਲਪਲਾਈਨ ਨੰਬਰ ਜਾਰੀ ਕੀਤਾ ਜਾਂਦਾ ਤੇ ਇਹ ਤੇ ਮੁਸਲਮਾਨਾਂ ਨੂੰ ਉਕਸਾਉਣ ਵਾਲੀ ਢੜਕਾਉਣ ਵਾਲੀ ਗੱਲ ਹੈ ਸਾਡੀ ਮੰਗ ਇਹ ਆ ਕਿ ਹੁਣ ਅੱਗੇ ਤੋਂ ਮਿਨੋਰਟੀਜ਼ ਕਮਿਸ਼ਨ ਹੀ ਤੋੜ ਦਿਓ ਘੱਟ ਗਿਣਤੀਆਂ ਬਾਰੇ ਜਿਹੜੇ ਇਕੱਲੇ ਮੁਸਲਮਾਨਾਂ ਦਾ ਨਹੀਂ ਸਿੱਖਾਂ ਬੋਧੀਆਂ ਜੰਨੀਆਂ ਸਾਰਿਆਂ ਦਾ ਖਿਆਲ ਰੱਖਦਾ ਕਹਿੰਦਾ ਉਹ ਕਮਿਸ਼ਨ ਹੀ ਤੋੜ ਦਿਓ ਪੱਤਰਕਾਰ ਨੇ ਅਖਾਜੀ ਕਮਿਸ਼ਨ ਤੋੜ ਦਿਓ ਕਹਿੰਦਾ ਕਮਿਸ਼ਨ ਤੇ ਇੱਕ ਪਾਸੇ ਰਿਹਾ ਮੈਂ ਕਹਿੰਦਾ ਭਾਰਤ ਸਰਕਾਰ ਦੇ ਮੰਤਰਾਲਿਆਂ ਦੇ ਵਿੱਚੋਂ ਘੱਟ ਗਿਣਤੀਆਂ ਦਾ ਮੰਤਰਾਲਾ ਹੀ ਖਤਮ ਕਰ ਦਿਓ ਅਸੀਂ ਮੰਤਰਾਲਾ ਵੀ ਨਹੀਂ ਰਹਿਣ ਦੇਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਨ ਕੀ ਬਾਤ ਕਰਦਾ ਜੀ ਉਹਦੇ ਵਿੱਚ ਕਈ ਵਾਰੀ ਇਹਨੇ ਜਦੋਂ ਗੱਲ ਕਰਨੀ ਹੋਵੇ ਇੱਕ ਛੋਟੀ ਜੀ ਗੱਲ ਨੂੰ ਬਹੁਤ ਵੱਡੀ ਬਣਾ ਕੇ ਪੇਸ਼ ਕਰਦਾ ਫਲਾਣਾ ਥਾਂ ਇੱਕ ਬੱਚੀ ਸੀ ਅਧਿਆਪਕ ਨੇ ਸਵਾਲ ਦਿੱਤਾ ਸਵਾਲ ਆ ਸੀ ਉਹਨੇ ਆ ਜਵਾਬ ਦਿੱਤਾ ਕਿਸੇ ਅਖਬਾਰ ਚੋਂ ਪੜ੍ਹੀ ਹੁੰਦੀ ਖਬਰ ਉਹਨੂੰ ਲੈ ਕੇ ਬਾਤ ਦਾ ਬਤੰਗੜ ਬਣਾਉਂਦਾ ਪਰ ਜਿੱਥੇ ਵੱਡੀਆਂ-ਵੱਡੀਆਂ ਗੱਲਾਂ ਨੇ ਉਹਦੇ ਆਪਣੇ ਗੁਜਰਾਤ ਦੇ ਵਿੱਚ ਆਉਂਦੇ ਦਲਿਤ ਮੁੰਡੇ ਜਿਹੜੇ ਆ ਕੁੱਟ-ਕੁੱਟ ਕੇ ਮਾਰ ਦਿੱਤੇ ਗਏ ਕਿ ਤੁਸੀਂ ਗਾਂ ਮਾਰੀ ਹੈ ਨਰਿੰਦਰ ਮੋਦੀ ਨਹੀਂ ਬੋਲਿਆ ਦਿੱਲੀ ਦੇ ਲਾਗੇ اخلاق ਨੂੰ ਮਾਰ ਦਿੱਤਾ ਗਿਆ ਬਸ ਸਾੜਾ ਪਿੰਡ ਦੇ ਵਿੱਚ ਕਿਹਦੇ ਕਰ ਗਾਂ ਦਾ ਬਾਸ ਮਿਲਿਆ ਨਰਿੰਦਰ ਮੋਦੀ ਨਹੀਂ ਮਿਲਿਆ ਨਹੀਂ ਬੋਲਿਆ ਹੁਣ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਨਰਿੰਦਰ ਮੋਦੀ ਨਹੀਂ ਬੋਲਦਾ ਜਦੋਂ ਦੇਸ਼ ਦਾ ਮੁਖੀ ਨਾ ਬੋਲੇ ਦੇਸ਼ ਦਾ ਮੁਖੀ ਇੱਕ ਸੰਵਿਧਾਨਿਕ ਮੁਖੀ ਹੁੰਦਾ ਰਾਸ਼ਟਰਪਤੀ ਉਹ ਨਾ ਨਹੀਂ ਬੋਲਦਾ ਜੀ ਦੇਸ਼ ਦੀ ਸਿਆਸੀ ਕਮਾਨ ਜੀ ਦੇ ਕੋਲ ਹੈ ਜਿਹੜਾ ਕੰਟਰੋਲ ਕਰ ਰਿਹਾ ਸਾਰੇ ਨੂੰ ਉਹ ਪ੍ਰਧਾਨ ਮੰਤਰੀ ਹੁੰਦਾ ਜਦੋਂ ਪ੍ਰਧਾਨ ਮੰਤਰੀ ਨਹੀਂ ਬੋਲਦਾ ਤੇ ਉਹਦੇ ਤੋਂ ਥੱਲੇ ਇੱਕ ਸਿਗਨਲ ਜਾਂਦਾ ਉਹਦਾ ਮਤਲਬ ਇਹ ਹੁੰਦਾ ਕਿ ਤੁਹਾਨੂੰ ਚੁੱਪ ਹਮਾਇਤ ਆ ਤੁਸੀਂ ਜੋ ਕਰਨਾ ਕਰੀ ਜਾਓ ਇਸ ਦੇਸ਼ ਦੇ ਲੋਕਾਂ ਨੇ ਇਸ ਚੁੱਪ ਹਮਾਇਤ ਦੇ ਬਹੁਤ ਨਤੀਜੇ ਅੱਗੇ ਭੁਗਤੇ ਹੋਏ ਹੁਣ ਜੇ ਇਸ ਦੇਸ਼ ਨੂੰ ਬਸਦਾ ਰੱਖਣਾ ਤੇ ਪ੍ਰਧਾਨ ਮੰਤਰੀ ਨੂੰ ਚੁੱਪ ਤੋੜਨੀ ਪੈਗੀ ਪ੍ਰਧਾਨ ਮੰਤਰੀ ਬਹੁਤ ਮਨਮਰਜ਼ੀ ਨਾਲ ਚੱਲ ਰਿਹਾ ਇਸ ਦੇਸ਼ ਵਿੱਚ ਸਾਂਝ ਦੀ ਖਾਤਰ ਜਿਹੜੇ ਪ੍ਰਧਾਨ ਮੰਤਰੀ ਸੀ ਗੁਰਪੁਰਬ ਵਾਲੇ ਦਿਨ ਗੁਰਦੁਆਰੇ ਜਾਂਦੇ ਹੁੰਦੇ ਸਨ 크ਿਸਮਸ ਦੀ ਵਧਾਈ ਦਿੰਦੇ ਹੁੰਦੇ ਸਨ ਇਸਾਈਆਂ ਨੂੰ ਤੇ ਰਮਜ਼ਾਨ ਦੇ ਵਿੱਚ ਮੁਸਲਮਾਨਾਂ ਵਾਸਤੇ ਇਫਤਾਰ ਪਾਰਟੀ ਕਰਦੇ ਹੁੰਦੇ ਸਨ ਇਹ ਗੁਰਦੁਆਰੇ ਤਾਂ ਜਾ ਸਕਦਾ ਇਹ 크ਿਸਮਸ ਦੀ ਵਧਾਈ ਦੇਣ ਦੀ ਥਾਂ ਉਸੇ ਦਿਨ ਹੀ ਕੋਈ ਨਾ ਕੋਈ ਹੋਰ ਆਪਣਾ ਪ੍ਰੋਗਰਾਮ ਛੋਹ ਲਿੰਦਾ ਮੇਰਾ ਫਲਾਣਾ ਪ੍ਰੋਗਰਾਮ ਮੁਸਲਮਾਨਾਂ ਵਾਸਤੇ ਰਮਜ਼ਾਨ ਦੀ ਇਫਤਾਰ ਦੀ ਪਾਰਟੀ ਦੇਣੀ ਇਹਨੇ ਬੰਦ ਕਰਤੀ ਹੈ ਇਹਦੀ ਵੇਖੋ ਵੇਖੀ ਦੋ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਜਿਨ੍ਹਾਂ ਚ ਇੱਕ ਯੋਗੀ ਦਿੱਤਿਆਨਾਥ ਵੀ ਆ ਉਹਨਾਂ ਵੀ ਬੰਦ ਕਰ ਦਿੱਤੀ ਹੈ ਜਿਹੜੇ ਜਿਸ ਤਰ੍ਹਾਂ ਦਾ ਇਹ ਉੱਪਰੋਂ ਸਿਗਨਲ ਦਿੰਦਾ ਉਹ ਸਿਗਨਲ ਉੱਪਰ ਹੇਠਾਂ ਤੱਕ ਜਿਹੜਾ ਜਾ ਰਿਹਾ ਉਹ ਸਿਗਨਲ ਦੇਸ਼ ਵਾਸਤੇ ਖਤਰਨਾਕ ਹੈ ਉਹਨੂੰ ਰੋਕਣ ਦੀ ਲੋੜ ਹੈ ਸੁਪਨੂ ਸਾਹਿਬ ਅਗਲੇ ਪੜਾਅ ਤੇ ਪਹੁੰਚਣ ਲਈ ਰੁਕਾਂਗੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਸੋ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਇੱਕ ਵਾਰ ਫਿਰ ਤੋਂ ਵੇਲਾ ਹੋ ਜਾ ਲੈ ਛੋਟੇ ਜਿਹੇ ਬ੍ਰੇਕ ਦਾ ਤੁਹਾਡੀ ਤੇ ਸਾਡੇ ਯਾਨੀ ਕਿ ਸਾਡੀਆਂ ਸਾਰਿਆਂ ਦੀ ਜ਼ਿੰਦਗੀ ਨਾਲ ਸੰਬੰਧਿਤ ਮਸਲੇ ਕੁਝ ਦੇਸ਼ ਦੇ ਕੁਝ ਪਰਦੇਸ਼ ਦੇ ਕੁਝ ਵਿਦੇਸ਼ ਦੇ ਕੁਝ ਇਤਿਹਾਸ ਦੇ ਕੁਝ ਮਿਥਿਹਾਸ ਦੇ ਕੁਝ ਸਮਾਜ ਦੇ ਕੁਝ ਰਾਜਨੀਤੀ ਦੇ ਕੁਝ ਚੰਗੇ ਵੀ ਕਦੇ-ਕਦੇ ਮਾੜੇ ਵੀ ਅਸੀਂ ਸਾਰੇ ਮਸਲੇ ਵਿਚਾਰਦੇ ਹਾਂ ਤੁਸੀਂ ਦੇਖ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਤੱਕ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਐਟ ਪ੍ਰਾਈਮ ਏਸ਼ੀਆ ਟੀਮ ਇੱਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਰਾਸ਼ਟਰਪਤੀ ਡੋਨਾਲਡ ਨੇ ਛੇ ਮੁ슬ਮਨ ਦੇਸ਼ਾਂ ਦੇ ਲੋਕਾਂ ਦੀ ਐਂਟਰੀ ਬੈਨ ਕੀਤੀ ਹੈ ਅਮਰੀਕਾ ਦੇ ਵਿੱਚ ਆਉਣ ਦੇ ਲਈ ਹੇਠਲੀ ਅਦਾਲਤ ਨੇ ਰੋਕੀ ਅਤੇ ਫਿਰ ਸੁਪਰੀਮ ਕੋਰਟ ਨੇ ਇਸ ਰੋਕ ਨੂੰ ਹਟਾ ਦਿੱਤਾ ਸੋ ਇਸ ਪੂਰੇ ਮਾਮਲੇ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖੋਗੇ ਦੇਖੋ ਜਿਸ ਤਰ੍ਹਾਂ ਦੇ ਨਰਿੰਦਰ ਮੋਦੀ ਸਾਹਿਬ ਦੀ ਸੋਚ ਆ ਕਿ ਹੁਣ ਤੱਕ ਸਾਰੇ ਪ੍ਰਧਾਨ ਮੰਤਰੀ ਮੁਸਲਮਾਨਾਂ ਦੇ ਰਮਜ਼ਾਨ ਦੇ ਦਿਨਾਂ ਚਫਤਾਰ ਪਾਰਟੀ ਦਿੰਦੇ ਸੀ ਤੇ ਇਹਨੇ ਆ ਕੇ ਬੰਦ ਕਰ ਦਿੱਤੀ ਹੈ ਜੀ ਅਮਰੀਕਾ ਦੇ ਰਾਸ਼ਟਰਪਤੀ ਵੀ ਹੁਣ ਤੱਕ ਪਿਛਲੇ 20-25 ਸਾਲਾਂ ਤੋਂ ਹਰ ਸਾਲ ਰਮਜ਼ਾਨ ਦੇ ਮੌਕੇ ਇਫਤਾਰ ਪਾਰਟੀ ਦਿੰਦੇ ਸੀ ਡੋਨਲਡ ਟਰੰਪ ਨੇ ਰਾਸ਼ਟਰਪਤੀ ਬਣ ਕੇ ਬੰਦ ਕਰ ਦਿੱਤੀ ਇਹ ਪਿਛਲੇ ਸਾਲ ਜਦੋਂ ਰਾਸ਼ਟਰਪਤੀ ਬਣਨ ਵਾਸਤੇ ਚੋਣ ਪ੍ਰਚਾਰ ਕਰਦਾ ਪਿਆ ਸੀ ਉਦੋਂ ਵੀ ਮੁਸਲਮਾਨਾਂ ਦੇ ਖਿਲਾਫ ਤੇ ਮੁਸਲਮਾਨ ਦੇਸ਼ਾਂ ਦੇ ਖਿਲਾਫ ਕਾਫੀ ਕੁਝ ਕਹਿੰਦਾ ਰਿਹਾ ਸੀ ਉਸ ਇਹਦੇ ਕਹਿਣ ਦਾ ਸੱਟਾ ਇਹ ਨਿਕਲਿਆ ਕਿ ਲੋਕਾਂ ਵਿੱਚ ਇਹ ਪ੍ਰਚਾਰ ਚੱਲਾ ਗਿਆ ਕਿ ਇਹ ਘੱਟ ਗਿਣਤੀਆਂ ਦੇ ਖਾਸ ਤੌਰ ਤੇ ਮੁਸਲਮਾਨਾਂ ਦੇ ਖਿਲਾਫ। ਇਹਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਅਮਰੀਕਾ 'ਚ ਨਸਲਵਾਦ ਜਿਹੜਾ ਉਹਨੂੰ ਵੀ ਹੁਲਾਰਾ ਮਿਲਿਆ। ਹੇਟ ਕਰਾਈਮ ਵਧਿਆ ਜਿਹੜਾ ਕੱਲੇ ਮੁਸਲਮਾਨਾਂ ਦੇ ਨਹੀਂ ਮੁਸਲਮਾਨਾਂ ਦੇ ਭਲੇਖੇ ਸਿੱਖਾਂ ਨੂੰ ਵੀ ਭੁਗਤਣਾ ਪਿਆ। ਜੀ। ਇਹਨੇ ਰਾਸ਼ਟਰਪਤੀ ਬਣ ਕੇ ਜਿਹੜਾ ਸਭ ਤੋਂ ਪਹਿਲਾ ਐਗਜ਼ੀਕਟਿਵ ਆਰਡਰ ਪਾਸ ਕੀਤਾ ਉਹ ਇਹ ਸੀ ਕਿ ਫਲਾਣੇ ਫਲਾਣੇ 6 ਦੇਸ਼ ਮੁਸਲਮਾਨ ਬਹੁਗਿਣਤੀ ਵਾਲੇ ਦੇਸ਼ ਨੇ ਤੇ ਉਥੋਂ ਬੜੇ ਖਤਰਨਾਕ ਇਸ ਦੇ ਲੋਕ ਆਉਂਦੇ ਉਥੋਂ ਜਿਹੜੇ ਲੋਕ ਆਉਂਦੇ ਆ ਉਹਨਾਂ ਸਾਰਿਆਂ ਦੇ ਉੱਤੇ 90 ਦਿਨ ਦੀ ਪਾਬੰਦੀ ਲਾਈ ਜਾਂਦੀ ਹਫੜਾ ਤਫੜੀ ਮੱਚ ਗਈ ਕੁਝ ਬੰਦੇ ਉਹਨਾਂ ਦੇਸ਼ਾਂ ਤੋਂ ਆਉਂਦੇ ਸੀ ਫਲਾਈਟ ਵਿੱਚ ਅਮਰੀਕਾ ਜਾਣ ਵਾਸਤੇ ਉਹਨਾਂ ਨੂੰ ਅਮਰੀਕਾ ਦੇ 에ਰਪੋਰਟਾਂ ਤੋਂ ਵਾਪਸ ਕਰ ਦਿੱਤਾ ਗਿਆ ਈਰਾਨ ਦੀ ਰਾਜਧਾਨੀ ਤਹਿਰਾਨ ਤੇ ਤੁਰਕੀ ਦੇ ਇਸਤੰਬੁਲ ਹਵਾਈ ਅੱਡੇ ਦੇ ਉੱਤੇ ਫਲਾਈਟ ਵਿੱਚ ਬੈਠੇ ਬੰਦੇ ਫਲਾਈਟ ਰੋਕ ਕੇ ਬਾਹਰ ਕੱਢ ਦਿੱਤੇ ਗਏ ਕਿ ਅਮਰੀਕਾ ਦੀ ਪਾਬੰਦੀ ਤੋਂ ਉਹਨਾਂ ਨੂੰ ਉੱਥੋਂ ਵੀ ਮੁੜਨਾ ਪਣਾ ਇੱਥੇ ਉਤਰ ਜਓ ਫੇਰੋ ਮਸਲਾ ਹਿਟਲੀਆਂ ਅਦਾਲਤਾਂ ਵਿੱਚ ਗਿਆ ਤੇ ਹਿਟਲੀਆਂ ਅਦਾਲਤਾਂ ਨੇ ਦੋ ਤਿੰਨ ਥਾਵਾਂ ਦੇ ਉੱਤੇ ਵੱਖ-ਵੱਖ ਸਟੇਟਸ ਵਿੱਚ ਉਹਨਾਂ ਨੇ ਪਾਬੰਦੀ ਲਾ ਦਿੱਤੀ ਕਿ ਤੇਰਾ ਐਗਜ਼ੈਕਟਿਵ ਆਰਡਰ ਗਲਤ ਹੈ ਇਹ ਨਹੀਂ ਚੱਲ ਸਕਦਾ ਅਸੀਂ ਇਸ ਪਾਬੰਦੀ ਦੇ ਖਿਲਾਫ ਡੋਨਲਡ ਟਰੰਪ ਕਹਿੰਦਾ ਸੀ ਤੁਸੀਂ ਲਾ ਲਓ ਪਾਬੰਦੀ ਅਖੀਲਾ ਫੈਸਲਾ ਸੁਪਰੀਮ ਕੋਰਟ ਨੇ ਦੇਣਾ ਫੈਸਲਾ ਸੁਪਰੀਮ ਕੋਰਟ ਵਿੱਚ ਚਲਾ ਗਿਆ ਹੁਣ ਸੁਪਰੀਮ ਕੋਰਟ ਨੇ ਉਹ ਪਾਬੰਦੀ ਚੁੱਕ ਦਿੱਤੀ ਉਹਨਾਂ ਨੇ ਆਖਿਆ ਜੋ ਰਾਸ਼ਟਰਪਤੀ ਨੇ ਕੀਤਾ ਇਹਨੂੰ ਕਰਨ ਦਿਓ ਇਹਨੂੰ ਕਰਨ ਦਾ ਹੱਕ ਉੰਜੇ ਦੀ ਸੁਣਵਾਈ ਚੱਲਦੀ ਰਹੇਗੀ ਸਨਵਾਈ ਤੋਂ ਬਾਅਦ ਇਹ ਆਰਡਰ ਰਹਿ ਵੀ ਸਕਦਾ ਇਹ ਆਰਡਰ ਰੱਦ ਵੀ ਹੋ ਸਕਦਾ ਪਰ ਹਾਲ ਦੀ ਘੜੇ ਜਿਹੜਾ ਸਟੇ ਮਿਲਿਆ ਸੀ ਕਿ ਲਾਗੂ ਨਹੀਂ ਕਰਨਾ ਉਹ ਸਟੇ ਰੱਦ ਕਰ ਦਿੱਤਾ ਗਿਆ ਇਹ ਉਹਨਾਂ ਛੇ ਦੇਸ਼ਾਂ ਦੇ ਖਿਲਾਫ ਆਪਣੀ ਉਹ ਪਾਬੰਦੀ ਲਾਗੂ ਕਰੇਗਾ ਤੇ ਛਿਆਂ ਦੀ ਪਾਬੰਦੀ ਤੋਂ ਬਾਅਦ ਇੱਕਦਮ ਬਾਕੀਆਂ ਦੇ ਵਿੱਚ ਵੀ ਡਰ ਜਾਣਾ ਜਿਵੇਂ ਸਲਾਹਦੀਨ ਨੂੰ ਅੰਤਰਰਾਸ਼ਟਰੀ ਅੱਤਵਾਦੀ ਡਿਕਲੇਅਰ ਕਰਨ ਦਾ ਅਸਰ ਪਾਕਿਸਤਾਨ ਤੇ ਪੈਣਾ ਜੀ ਐਸ ਛੇ ਦੇਸ਼ਾਂ ਵਾਲੇ ਫੈਸਲੇ ਦਾ ਪੈਣਾ ਸਾਨੂੰ ਇਹ ਪਤਾ ਕਿ ਹਾਫਿਜ਼ ਸੈਦ ਪਾਕਿਸਤਾਨ ਚ ਇਸ ਵੇਲੇ ਆਪਣੇ ਘਰ ਚ ਨਜ਼ਰਬੰਦ ਹੈ ਉਹ ਪਹਿਲਾਂ ਨਜ਼ਰਬੰਦ ਨਹੀਂ ਸੀ ਜਿਸ ਦਿਨ 6 ਦੇਸ਼ਾਂ ਦੇ ਖਿਲਾਫ ਐਗਜੈਕਟਿਵ ਆਰਡਰ ਕੀਤਾ ਸੀ ਡੋਨਲਡ ਟਰੰਪ ਨੇ 24 ਘੰਟਿਆਂ ਦੇ ਅੰਦਰ ਅੰਦਰ ਪਾਕਿਸਤਾਨ ਦੀ ਸਰਕਾਰ ਨੇ ਹਾਫਿਜ਼ ਸੈਦ ਨੂੰ ਆਪਣੇ ਘਰ ਚ ਨਜ਼ਰਬੰਦ ਕੀਤਾ ਸੀ ਉਹ ਅਸਰ ਹੁਣ ਵੀ ਪੈ ਜਾਣਾ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਕਿ ਉੱਥੋਂ ਤੱਕ ਵੀ ਅਸਰ ਪੂ ਉਂਜ ਡੋਨਰ ਟਰੰਪ ਨੂੰ ਥੋੜਾ ਜਿਆ ਨਵਸਦਿਆਂ ਤੇ ਸੰਭਲ ਕੇ ਚੱਲਣਾ ਚਾਹੀਦਾ ਅੱਤਵਾਦ ਦੇ ਖਿਲਾਫ ਲੜਾਈ ਹੋ ਰਹੀ ਹੈ ਇਕ ਧਰਮ ਬਾਰੇ ਉਹਦੇ ਨਾਲ ਲੜਾਈ ਦਾ ਪ੍ਰਭਾਵ ਨਹੀਂ ਜਾਣਾ ਚਾਹੀਦਾ ਜੀ ਪੰਨੂ ਸਾਹਿਬ ਗੱਲ ਕਰਦੇ ਆ ਤਰਨਤਾਰਨ ਦੀ ਤਾਂ ਤਰਨਤਾਰਨ ਦੇ ਵਿੱਚ ਕਿਸੇ ਇੱਕ ਇਲਾਕੇ ਦੇ ਵਿੱਚ ਈਸਾ ਮਸੀਹ ਦੇ ਬਾਰੇ ਪੱਦੀ ਸ਼ਬਦਾਲੀ ਵਰਤਨ ਦਾ ਮਾਮਲਾ ਸਾਹਮਣੇ ਆਇਆ ਸੋ ਇਸ ਪੂਰੇ ਮਾਮਲੇ ਨੂੰ ਲੈ ਕੇ ਕਈ ਜਗ੍ਹਾ ਤੇ ਘਟਨਾਵਾਂ ਵੀ ਹੋਈਆਂ ਨੇ ਅਤੇ ਕਈ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੋ ਇਸ ਪੂਰੀ ਕਹਾਣੀ ਦੇ ਪਿੱਛੇ ਸੱਚ ਕੀ ਹੈ ਜਿਹੜੀ ਰਿਪੋਰਟ ਸਾਹਮਣੇ ਆਈ ਉਹ ਇਹ ਹੈ ਕਿ ਤਰਨਤਾਰਨ ਦੇ ਨੇੜਲਾ ਪਿੰਡ ਗੋਂਦਵਾਲ ਨੂੰ ਜਾਂਦਿਆ ਸਭ ਤੋਂ ਪਹਿਲਾਂ ਪਿੰਡ ਸੰਗੇ ਉੱਥੇ ਇੱਕ ਪਰਿਵਾਰ ਜਿਹੜਾ ਸਿੱਖ ਧਰਮ ਛੱਡ ਕੇ 크ਿਸਚਨ ਹੋ ਗਿਆ। ਜੀ। ਪਿਛਲੇ ਦਿਨਾਂ ਚ ਉਸ ਇਲਾਕੇ ਚ ਬੜੇ ਲੋਕ 크ਿਸਚਨ ਹੋਏ ਨੇ। ਕਾਫੀ ਵਟਿਕਣਦੇ। ਇੱਕ ਇੱਕ ਦੋ ਦੋ ਕਰਕੇ ਲਗਾਤਾਰ ਹੋ ਰਹੇ ਨੇ। ਕੁਝ ਇਹੋ ਜਿਹੇ ਪਰਿਵਾਰ 1-2 ਸਨ ਜਿਨ੍ਹਾਂ ਦਾ ਪਿੱਛਾ ਜਾ ਕੇ ਮਹਾਰਾਜਾ ਰਣਜੀਤ ਸਿੰਘ ਨਾਲ ਬੰਸਾਵਲੀ ਪਹਿਲਾਂ ਜੋੜਦੇ ਹੁੰਦੇ ਸਨ। ਤੇ ਬਾਅਦ ਚ ਸਾਰੀ ਭੁੱਲ ਕੇ ਤੇ 크ਿਸਚਨ ਬਣ ਗਿਆ ਬੰਦਾ ਉਹ। ਜੀ। ਇਦਾਂ ਦੀਆਂ ਘਟਨਾ ਹੋਇਆ ਆਪਣੀ ਸੀ। ਹੁਣ ਜਦੋਂ ਇਹ ਪਰਿਵਾਰ 크ਿਸਚਨ ਬਣਿਆ ਤੇ ਇਹਨਾਂ ਦੇ ਗਵਾਂਢ ਇੱਕ ਸਿੱਖ ਪਰਿਵਾਰ ਇਹੋ ਜਾਂ ਰਿੰਦਾ ਸੀ ਜਿਹੜੇ ਕਾਫੀ ਕਟੜ ਸੀ ਉਹਨਾਂ ਨੇ ਆਪਣੇ ਜਥੇਬੰਦੀ ਦੇ ਬੰਦੇ ਸੱਦੇ ਤਰਨ ਤਰਨ ਤੋਂ ਤੇ ਸੱਦ ਕੇ ਇਹਨੂੰ ਤੇ ਦੇ ਸਾਹਮਣੇ ਚੰਗੀ ਲਾਹ-ਪਾ ਕੀਤੀ ਤੇ ਵਿੱਚੇ ਹੀ ਕ੍ਰਿਸਚੀਅਨ ਧਰਮ ਸ਼ੁਰੂ ਜਿਹੜਾ ਜਿਹੜੇ ਇਸਾਈ ਧਰਮ ਸ਼ੁਰੂ ਕਰਨ ਵਾਲੇ ਈਸਾ ਮਸੀਹ ਸੀ ਉਹਦੇ ਖਿਲਾਫ ਬਹੁਤ ਬੰਦਾ ਚੰਗਾ ਕੁਝ ਬੋਲਿਆ ਜੀ ਉੱਥੇ ਬੈਠਿਆਂ ਚੋਂ ਇਹਨਾਂ ਦੇ ਆਪਣੇ ਬੰਦਿਆਂ ਚੋਂ ਕਿਸੇ ਨੇ ਰਿਕਾਰਡ ਕਰ ਲਿਆ ਉਹ ਰਿਕਾਰਡਿੰਗ ਬਾਹਰ ਚਲੀ ਗਈ ਸੋਸ਼ਲ ਮੀਡੀਆ ਤੇ ਪਹੁੰਚ ਗਈ ਉਦੋਂ ਨਤੀਜਾ ਨਿਕਲਿਆ ਕਿ ਤਰਨਤਾਰ ਦੀ ਮੇਂ ਪ੍ਰੋਟੈਸਟ ਹੋਇਆ ਅੰਮ੍ਰਿਤਸਰ ਚ ਵੀ ਫਿਰੋਜ਼ਪੁਰ ਚ ਵੀ ਜਿਲੰਦਰ ਚ ਵੀ 2-3 ਤਾਵਾਂ ਦੇ ਉੱਤੇ ਸੜਕਾਂ ਰੋਕੀਆਂ ਗਈਆਂ ਅੰਤ ਨੂੰ ਪਰਚਾ ਦਰਜ ਹੋਇਆ ਤੇ ਫੇਰ ਪੁਲਿਸ ਨੇ ਉਹ ਬੰਦੇ ਫੜੇ ਧਰਮ ਬੰਦੇ ਦਾ ਨਿੱਜੀ ਮਾਮਲਾ ਹੋਣਾ ਚਾਹੀਦਾ ਕਿਹੜੇ ਧਰਮ ਚ ਰਹਿਣਾ ਕਿਹੜੇ ਚ ਨਹੀਂ ਰਹਿਣਾ ਇਹਦੇ ਉੱਤੇ ਕੋਈ ਪਾਬੰਦੀਆਂ ਨਹੀਂ ਹੋਣੀਆਂ ਚਾਹੀਦੀਆਂ ਉਹਨਾਂ ਨੂੰ ਨਹੀਂ ਧਰਮਿਕ ਚੰਗਾ ਲੱਗਾ ਦੂਜੇ ਚ ਚਲੇ ਗਏ ਜੇ ਅਮਰੀਕਾ ਦੇ ਵਿੱਚ ਇੰਗਲੈਂਡ ਚ ਕਿਸੇ ਹੋਰ ਦੇਸ਼ ਦੇ ਵਿੱਚ ਚਾਰ ਗੋਰੇ ਆਪਣਾ ਕ੍ਰਿਸਚਨ ਧਰਮ ਛੱਡ ਕੇ ਸਿੱਖ ਧਰਮ ਅਪਣਾ ਲੈਂਦੇ ਅਸੀਂ ਉਹ ਫੋਟੋਸ਼ਾਪਦੇ ਆ ਗੋਰੇ ਸਿੰਘ ਸੱਜ ਗਏ ਗੋਰੀਆਂ ਸਿੰਘਣੀਆਂ ਸੱਜ ਗਈਆਂ ਤੇ ਜੇਥੋਂ ਚਾਰ ਸਿੱਖ ਛੱਡ ਕੇ 크ਿਸਚਨ ਬਣ ਜਾਣ ਤੇ ਇਹ ਵਨਵੇ ਟ੍ਰੈਫਿਕ ਤਾਂ ਨਹੀਂ ਹੋ ਸਕਦਾ ਆਪੋ ਆਪਣੀ ਸੋਚ ਜਿੱਦਾਂ ਕੋ ਚੱਲਦਾ ਚੱਲਣ ਦਿਓ ਇਹਦੇ ਉੱਤੇ ਜੇ ਵਿਰੋਧ ਵੀ ਕਰਨਾ ਸੀ ਭਾਈਚਾਰਕ ਤੌਰ ਦੇ ਉੱਤੇ ਆਪਸ ਵਿੱਚ ਬੈਠ ਕੇ ਸਮਝਾਉਣ ਦਾ ਹੱਕ ਤਾਂ ਹੈਗਾ ਸੀ ਜੀ ਬੁਰਾ ਮਨਾਉਣ ਦਾ ਇੱਕ ਦੂਸਰੇ ਨਾਲ ਵਿਆਹ ਸ਼ਾਦੀਆਂ ਦੇ ਉੱਤੇ ਨਾ ਸੱਦਣ ਤੇ ਨਾ ਜਾਣ ਦਾ ਵੀ ਫੈਸਲਾ ਉਹ ਕਰ ਸਕਦੇ ਸੀ ਚੰਗਾ ਫਿਰ ਤੇਰੇ ਅਸੀਂ ਨਹੀਂ ਆਉਂਦੇ ਸਾਡੇ ਨਾਲ ਪਰ ঈਸਾ ਮਸੀਹ ਦੇ ਖਿਲਾਫ ਜੋ ਕੁਝ ਬੋਲਿਆ ਗਿਆ ਉਸ ਭੱਦੀ ਸ਼ਬਦਾਵਲੀ ਨੂੰ ਕਿਸੇ ਵੀ ਤਰੀਕੇ ਜਾਇਜ਼ ਨਹੀਂ ਠਹਿਾਇਆ ਜਾ ਸਕਦਾ ਪੁਲਿਸ ਨੂੰ ਕਾਰਵਾਈ ਕਰਨੀ ਪੈਣੀ ਸੀ ਕੀਤੀ ਆ ਔਰ ਥੋੜੀ ਜਿਹੀ ਲੇਟ ਹੋ ਗਈ ਵਿਰਸੇਰ ਕੀਤੀ ਹੁੰਦੀ ਤੇ ਇਹਨਾਂ ਵਿਗਾਰ ਨਹੀਂ ਸੀ ਪੈਣਾ ਅੱਗੇ ਤੋਂ ਸਾਰਿਆਂ ਲੋਕਾਂ ਨੂੰ ਇਹ ਸੰਭਲ ਕੇ ਗੱਲ ਕਰਨੀ ਚਾਹੀਦੀ ਆ ਪਹਿਲਾਂ ਹੁੰਦਾ ਸੀ ਇਹ ਸੱਤ ਵਿੱਚ ਵੀ ਗੱਲ ਕਰੀਏ ਤੇ ਰਿਕਾਰਡ ਕੋਈ ਨਹੀਂ ਸੀ ਹੁੰਦਾ ਬਾਬੇ ਕਹਿੰਦੇ ਹੁੰਦੇ ਸੀ ਹੌਲੀ ਬੋਲ ਕੰਧਾਂ ਸੁਣਦੀਆਂ ਨੇ ਉਦੋਂ ਤੇ ਕੰਧਾਂ ਨਹੀਂ ਸੀ ਸੁਣਦੀਆਂ ਸਿਰਫ ਚੁਗਲ ਸੁਣਦੇ ਹੁੰਦੇ ਸਨ ਹੁਣ ਸੱਚੀ ਮੁੱੱਚੀ ਹਰ ਇੱਕ ਦੀ ਜੇਬ 'ਚ ਮੋਬਾਈਲ ਫੋਨ ਹੈ ਤੁਸੀਂ ਸੈਸਬਾ ਕਿਸੇ ਨਾਲ ਪ੍ਰਾਈਵੇਟ ਵੀ ਗੱਲ ਕੀਤੀ ਤੇ ਉਹ ਰਿਕਾਰਡ ਕਰਕੇ ਸੋਸ਼ਲ ਮੀਡੀਆ ਤੇ ਚੜ੍ਹ ਸਕਦੀ ਹੈ ਹਰ ਇੱਕ ਨੂੰ ਆਪੋ ਆਪਣੀ ਜ਼ਬਾਨ ਸੰਭਾਲ ਕੇ ਬੋਲਣਾ ਚਾਹੀਦਾ ਨਹੀਂ ਤੇ ਬਾਤ ਦਾ ਬਤੰਗੜ ਬਣ ਸਕਦਾ ਔਰ ਗੱਲ ਕਹਿੰਦੀ ਆ ਤੂੰ ਮੈਨੂੰ ਮੂੰਹੋਂ ਕੱਢ ਮੈਂ ਤੈਨੂੰ ਪਿੰਡੋਂ ਕੱਢ ਕੇ ਛੱਡੂ ਉਹ ਹਾਲਾਤ ਪੈਦਾ ਨਹੀਂ ਹੋਣ ਦੇਣਾ ਚਾਹੀਦਾ ਬਿਲਕੁਲ ਅਜਿਹੇ ਹਾਲਾਤ ਪੈਦਾ ਹੋ ਸਕਦੇ ਨੇ ਜੇਕਰ ਅਸੀਂ ਕੋਈ ਗੱਲ ਕਰੀਏ ਸਪੰਨੂ ਸਾਹਿਬ ਸਮਾਹੂ ਚੱਲਿਆ ਦਰਸ਼ਕਾਂ ਕੋਲ ਇਜਾਜ਼ਤ ਲੈਂਦਾ ਸੋ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਅੱਜ ਬਸ ਇਹ ਨਹੀਂ ਮੈਨੂੰ ਮਨ ਪ੍ਰਤਿੰਦਰ ਸ਼ਰਮਾ ਨੂੰ ਤੇ ਸਾਡੇ ਖਾਸ ਮਹਿਮਾਨ ਜਤਿੰਦਰ ਪੰਨੂ ਜੀ ਨੂੰ ਦਿਓ ਇਜਾਜ਼ਤ ਉਸ ਦੇਖਦੇ ਪ੍ਰਾਈਮ ਸ਼ਾਹ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਸਤਿ ਸ਼੍ਰੀ ਅਕਾਲ